ਸਾਰੇ ਦੋਸਤਾਂ ਦਾ ਤੁਹਾਡੇ ਆਪ ਦੀ YouTube ਚੈਨਲ ਤੇ ਸਵਾਗਤ ਕਰਦੇ ਆਂ ਅੱਜ ਤੁਹਾਡੇ ਲਈ ਵੱਡੀ ਨਿਊਜ਼ ਲੈ ਕੇ ਆਏ ਆਂ ਪੰਜਾਬ ਦੇ ਵਿੱਚ ਨਵੀਂ ਭਰਤੀ ਆ ਚੁੱਕੀ ਆ ਉਦਯੋਗ ਅਤੇ ਖਣਿਜ ਵਿਭਾਗ ਦੇ ਵਿੱਚ ਸਿੱਧੀ ਭਰਤੀ ਆ ਕਿੱਦਾਂ ਤੁਸੀਂ ਇਹਦੇ ਵਿੱਚ ਅਪਲਾਈ ਕਰਨਾ ਹੈਗਾ ਕਿਆ-ਕਿਆ ਨਾਣੀ ਐਲੀਜੀਬਿਲਟੀ ਦੱਸੀ ਆ ਇਸ ਤੋਂ ਇਲਾਵਾ ਕੌਣ ਕਦੋਂ ਤੋਂ ਕਦੋਂ ਤੱਕ ਅਪਲਾਈ ਕਰ ਸਕਦਾ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸੇ ਤਰ੍ਹਾਂ ਚੰਦੇਓ ਪੰਜਾਬ ਦੀ ਹਰ ਭਰਤੀ ਦੀ ਜਾਣਕਾਰੀ ਆਫੀਸ਼ੀਅਲ ਨੋਟੀਫਿਕੇਸ਼ਨ ਯਾਨੀ ਅਧਿਕਾਰਿਕ ਨੋਟੀਫਿਕੇਸ਼ਨ ਦੇ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਵੇ ਤੁਹਾਨੂੰ ਤੁਸੀਂ ਦੇਖਿਆ ਹਾਂਗਾ ਪੰਜਾਬ ਦੇ ਵਿੱਚ ਹੋਰ ਕੋਈ ਅਜਿਹਾ ਚੈਨਲ ਨਹੀਂ ਹੈ ਜਿਹੜਾ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਨਾਲ ਪ੍ਰੋਵਾਈਡ ਕਰੇ ਮੈਂ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਨਾਲ ਪ੍ਰੋਵਾਈਡ ਕਰਦੇ ਆ ਤਾਂ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਇਹ ਨਾਲ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇਗਾ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗਾ ਦੱਸਣਾ ਚਾਹਾਂਗਾ ਮੇਰਾ ਇੱਕ ਦੂਜਾ YouTube ਚੈਨਲ ਆ B एच एजुकेशन वे ऑफ सक्सेस बी फॉर बॉम्बे एच फॉर हॉलैंड ਤੁਸੀਂ YouTube ਤੇ ਵੀ ਸਰਚ ਕਰ ਸਕਦੇ ਆ ਬੀ ਐਚ एजुकेशन वे ऑफ सक्सेस ਉੱਥੇ ਮੈਂ ਇਸ ਤੋਂ ਵੀ ਵਧੀਆ-ਵਧੀਆ ਜੌਬ ਤੁਹਾਨੂੰ ਦੱਸਦਾ ਪਿਆ ਆ ਪੰਜਾਬ ਦੀਆਂ ਗਵਰਨਮੈਂਟ ਵੀ ਪ੍ਰਾਈਵੇਟ ਵੀ ਕੰਟਰੈਕਟ ਬੇਸਿਸ ਵੀ ਤੁਸੀਂ ਮੇਰੇ ਇਸ ਚੈਨਲ ਦੇ ਵਿੱਚ ਜਾਓਗੇ ਜਿਹੜੇ ਮੈਂ ਚੈਨਲ ਸਬਸਕ੍ਰਾਈਬ ਕੀਤੇ ਹੋਏ ਆ ਉੱਥੇ ਵੀ ਤੁਹਾਨੂੰ ਉਹ ਚੈਨਲ ਮਿਲ ਜੇਗਾ ਜਾਂ ਤੁਸੀਂ YouTube ਤੇ ਸਰਚ ਕਰੋਗੇ ਉੱਥੇ ਤੁਹਾਨੂੰ ਪੰਜਾਬੀ ਦੇ ਵਿੱਚ ਥੰਬਨੇਲ ਜਿਹੜੇ ਆ ਉਹ ਦੇਖ ਜਾਣ ਕੇ ਉਸ ਚੈਨਲ ਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਵੋ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਵੱਲੋਂ ਮਿਸ ਨਾ ਹੋ ਜਾਵੇ ਬਿਨਾਂ ਟਾਈਮ ਖਰਾਬ ਕੀਤੇ ਅੱਜ ਗੱਲ ਕਰਾਂਗੇ ਪੰਜਾਬ ਉਦਯੋਗ ਅਤੇ ਖਣਿਜ ਵਿਭਾਗ ਦੇ ਵਿੱਚ ਆਈ ਹੋਈ ਭਰਤੀ ਦੇ ਬਾਰੇ ਇਹਦੇ ਵਿੱਚ ਤੁਹਾਡੀ ਉਮਰ ਹੱਦ ਜਿਹੜੀ ਹੈ 18 ਤੋਂ 37 ਸਾਲ ਇਹਨਾਂ ਨੇ ਮੰਗੀ ਆ ਇਸ ਤੋਂ ਇਲਾਵਾ ਜਿਹੜਾ ਏਜ ਰਿਲੈਕਸੇਸ਼ਨ ਦਿੱਤਾ ਜਾਂਦਾ ਆ ਠੀਕ ਹੈ ਅਲੱਗ-ਅਲੱਗ ਕੈਟਾਗਰੀ ਦਾ ਹੁੰਦਾ ਤੁਹਾਨੂੰ ਪਤਾ ਐ ਐਸਸੀ ਐਸਟੀ ਅਦਰਸ ਦਾ ਠੀਕ ਹੈ ਕੁੜੀਆਂ ਅਤੇ ਮੁੰਡੇ ਦੋਨੋਂ ਹੀ ਇੱਥੇ ਅਪਲਾਈ ਕਰ ਸਕਦੇ ਨੇ ਸੈਲਰੀ ਤੁਹਾਡੀ ਇੱਥੇ ਰਵੇਗੀ 10300 ਤੋਂ ਲੈ ਕੇ 34800 ਪਲੱਸ ਤੁਹਾਡਾ ਗ੍ਰੇਡ ਪੇ ਰਵੇਗਾ ਸਾਰੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਅਪਲਾਈ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਨੋਟੀਫਿਕੇਸ਼ਨ ਤੇ ਲੈ ਚੱਲਦਾ ਉੱਥੇ ਜਾ ਕੇ ਦੱਸਦਾ ਕਿ ਆਹ ਐਲੀਜੀਬਿਲਟੀ ਦੱਸੀ ਹੋਈ ਹੈ ਸਭ ਤੋਂ ਪਹਿਲਾਂ ਵਿਭਾਗ ਦੇ ਨਾਮ ਜੋ ਤੁਹਾਨੂੰ ਮੈਂ ਸਟਾਰਟਿੰਗ ਤੇ ਦੱਸ ਚੁੱਕਾ ਹਾਂ ਉਦਯੋਗ ਤੇ ਵਨਸ ਵਿਭਾਗ ਦੀ ਹੈ ਇਹ ਭਰਤੀਆਂ ਆਊਟ ਕਰੀਆਂ ਗਈਆਂ ਹਨ ਬਹੁਤ ਵਧੀਆ ਮੌਕਾ ਤੁਹਾਡੇ ਕੋਲ ਇੱਥੇ ਆ ਚੁੱਕਾ ਹੈ ਤਨਖਾਹ ਵੀ ਬਹੁਤ ਵਧੀਆ ਹੈ ਇਹ ਜਿਹੜੀਆਂ ਪੋਸਟਾਂ ਹੈ ਗਰੁੱਪ ਬੀ ਦੀਆਂ ਟੋਟਲ ਤਿੰਨ ਪੋਸਟਾਂ ਇਹਨਾਂ ਨੇ ਜਾਰੀ ਕੀਤੀਆਂ ਹਨ ਠੀਕ ਹੈ ਜਿਨ੍ਹਾਂ ਦੇ ਵਿੱਚ ਤਨਖਾਹ ਵੀ ਤੁਹਾਨੂੰ ਮੈਂ ਦੱਸ ਚੁੱਕਾ ਹਾਂ 14300 ਤੋਂ ਲੈ ਕੇ 34800 ਪਲੱਸ 4400 ਤੁਹਾਡਾ ਜਿਹੜਾ ਗ੍ਰੇਡ ਪੇ ਰਹੇਗਾ ਬਾਅਦ ਵਿੱਚ ਉਹ ਆਈ ਥਿੰਕ ਉਹ 5000 ਲਿਖਿਆ ਗਿਆ 4400 ਪਲੱਸ ਗ੍ਰੇਡ ਪੇ ਠੀਕ ਹੈ ਧਿਆਨ ਨਾਲ ਦੇਖ ਯਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਤੁਸੀਂ ਲੋ ਗ੍ਰੈਜੂਏਟ ਕੀਤੀ ਆ ਘੱਟੋ ਘੱਟ 3 ਸਾਲਾਂ ਦੇ ਅਰਸੇ ਵਾਸਤੇ ਬਾਹਰ ਦੇ ਵਿੱਚ ਪ੍ਰੈਕਟਿਸ ਕੀਤੀ ਹੋਣੀ ਲਾਜ਼ਮੀ ਹੈ ਤੇ ਤੁਸੀਂ ਦੇਖ ਸਕਦੇ 10ਵੀਂ ਜਿਹੜੀ ਆ ਪੰਜਾਬੀ ਸਬਜੈਕਟ ਦੇ ਨਾਲ ਵੀ ਪਾਸ ਆਊਟ ਹੋਣੀ ਜ਼ਰੂਰੀ ਆ ਪੀਪੀਐਸਸੀ ਦੇ ਵੱਲੋਂ ਇਹ ਵੈਕੈਂਸੀਆਂ ਕੱਢੀ ਗਈਆਂ ਨੇ ppsc.gov.in ਤੇ ਜਾ ਕੇ ਤੁਸੀਂ ਜਿਹੜਾ ਅਪਲਾਈ ਕਰਨਾ ਆ ਠੀਕ ਹੈ ਵਧੇਰੀ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਲੈ ਸਕਦੇ ਆ ਮੈਂ ਤੁਹਾਡੇ ਲਈ ਵਧੀਆ ਇਨਫੋਰਮੇਸ਼ਨ ਜਲਦੀ ਹੋਰ ਲੈ ਕੇ ਆਵਾਂਗਾ ਵਕਤ ਤੋਂ ਬਾਅਦ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਮੇਰੇ ਦੂਜੇ ਚੈਨਲ